ਸਾਰੀ ਕੋਸ਼ਿਸ਼ ਹੈ ਕਿ ਸਭ ਪੂਰੇ ਵਸੇਬ ਨੂੰ ਸ਼ਾਂਤ ਬਾਤ ਕਰਾਂ ਸਾਰਾ ਅਰਮਾਨ ਹੈ ਕਿ ਸਭ ਕੁਝ ਨਾ ਕਰ ਸਕਦੇ ਉਹ ਐਨ ਐਨ ਜੀਓਜ਼ ਆਲੇ ਉਹਨਾਂ ਕਹਿੰਦੇ ਉਹ ਕਹਿੰਦੀ ਸਬਜ਼ੀ ਚ ਵਾੜੀਆਂ ਨੂੰ ਉਥੋਂ ਬਹੁਤ ਸਾਰੇ ਕਦੂ ਪਿਆਜੇ ਅਸੇ ਦਾ ਸੀਜ਼ਨ ਹੈ ਉਹ ਪਾਟ ਕੇ ਉਹਨਾਂ ਮਤਲਬ ਪੰਡਲੀਆਂ ਬਧਨ ਉਥਾਂ ਵਾਂਗ ਕਿ ਸਿਰ ਦਿਖਾਉਣ ਵਾਸਤੇ ਜਿੰਨੇ ਵੀ ਸਾਰੇ ਵਸੇਬ ਦੇ ਦੁੱਖ ਨੇ ਇਨਸ਼ਾਅੱਲਾ ਸਾਂ ਥੋੜੇ ਥੋੜੇ ਕਰਕੇ ਕੋਸ਼ਿਸ਼ ਕਰੈ ਸੋ ਕਿ ਸਾਰਾਂ ਦੇ ਪੂਰੇ ਹੋਣ मैं ॻाल्हि करि सां सैलाब हवाले न सैलाब थीव तबाहकारीअ जे हवाले नालकूमत आहे उनजे उते जहिड़ा मतिलबु हुकूमत या ॿिनि बि इदारे ई जहिड़े सॼी ॻाल्हि सुन्दे पैन जहिड़े ॻाल्हि कुझु सम्झाईंदासीं गुज़ारिश इहे की देखो सैलाब दे भला दे दे लॻा गै ਸਲਾਬ ਤਾਂ ਲੱਗਾ ਗਾ ਲੇਕਿਨ ਆਪਰੇ ਪਿੱਛੋਂ ਬਹੁਤ ਸਾਰੇ ਬਰਬਾਦੀਆਂ ਬਹੁਤ ਸਾਰੇ ਉਜੜੇ ਘਰ ਬਹੁਤ ਸਾਰੇ ਵੈਣ ਮਾਤਮ ਬਹੁਤ ਸਾਰੇ ਮੂੰਝਾ ਛੋੜ ਗਏ ਬਹੁਤ ਸਾਰੇ ਪਰੇਸ਼ਾਨੀਆਂ ਛੋੜ ਗਏ ਬਹੁਤ ਸਾਰੇ ਲੋਕਾਂ ਨੂੰ ਦਰਬਦਾਰ ਕਰ ਗਏ ਬਹੁਤ ਸਾਰੇ ਲੋਕਾਂ ਨੂੰ ਮਤਲਬ ਹੈ ਜਿਹੜੇ ਉਹ ਲੋਕ ਜਿਹੜੇ ਦੇਵਣ ਵਾਲੇ ਹਨ ਉਹ ਘਿਨਣ ਵਾਲੇ ਥਿਆ ਕਰੋ ਸਲਾਬ ਤਾਂ ਗੁਜ਼ਰ ਗਏ ਲੇਕਿਨ ਉਹਦੀ થઈ ਹੋਈ ਜਿਹੜੀ ਤਬਾਹਕਾਰੀ ਹੈ ਉਹ ਰਹਿ ਗਈ ਹੈ ਵਕਤ ਬਹੁਤ ਸਾਲ ਗੁਜ਼ਰ ਗਿਆ ਹੂੰ ਹੁਣ ਵੀ ਤੁਸਾ ਮਤਲਬ ਹੈ 1.5 ਸਾਲ ਸਾਲ ਗੁਜ਼ਰ ਗਿਆ ਹੁਣ ਤੁਸ ਸਮਝ ਕੇ ਦੇਖੋ ਬਹੁਤ ਸਾਰੇ ਲੋਗ ਹਿੰ ਜਿਨ੍ਹਾਂ ਦੇ ਮਤਲਬ ਹੈ ਹਾਲੇ ਤੱਕ ਵੀ جھੋਂਪੜੀਆਂ ਚ ਰਹੰਦੇ ਪੈਨ ਅਸਾ ਜਿਹੜੇ ਵੇਲੇ ਡਿਠਾ ਆਈ ਕਿ ਵੀ ਸਲਾਬ ਵਿੱਚ ਅਸਾ ਲੋਗਾਂ ਵਾਸਤੇ ਕੀ ਕਰ ਸਕਦੇ ਹੈ। ਕੀ ਆਸਾਂ ਨੂੰ ਵਾਸਤੇ ਕੁਝ ਕਰ ਸਕਦੇ ਹੈ ਅਸਾ ਮਤਲਬ ਕੋਸ਼ਿਸ਼ ਕੀਤੀ ਕਿ ਅਸਾ ਪਹਿਲਾ ਉਹ ਕਤਰਾ ਬਣੂ ਜਿਹੜਾ ਮਤਲਬ ਉਹਦੇ ਪਿੱਛੋਂ ਇਕ ਸਮੰਦਾਰ ਆਮ ਦਾਵੇ ਇਕ ਉਹਨਾਂ ਲੋਕਾਂ ਨੂੰ ਪਤਾ ਲੱਗੇ ਜੋ ਭਈ ਯਾਰ ਇੱਥਾਂ ਇੱਥਾਂ ਕਿੰਨੀ ਬਰਬਾਦੀ થઈ ਪਈ ਹੈ ਤਾਂ ਹੁਣ ਤੱਕ ਮਤਲਬ ਨਾ ਜਿਹੜੇ ਜਿਹੜੇ ਹਕੂਮਤ ਨੇ ਜਿਹੜੇ ਉਹਨਾਂ ਵਾਸਤੇ ਪੈਸਾ ਦਾ ਐਲਾਨ ਕੀਤਾ ਹੈ ਉਹ ਤਕਰੀਬਨ 20 ਫੀਸਦੀ ਲੋਕਾਂ ਕੋਈ ਨਹੀਂ ਮਿਲੇ ਬਲਕਿ 10 ਫੀਸਦੀ ਲੋਕਾਂ ਕੋਈ ਨਹੀਂ ਮਿਲੇ ਬਾਕੀ ਕਿ ਨਹੀਂ ਮੰਨ ਕੇ ਸੀਜ਼ ਥੀ ਗਣ ਕਿਤੇ ਖੜ ਗਣ ਉਹਨਾਂ ਦੇ ا اکاؤنٹ کی تھی مان کے رک گئے کوئی پتہ کو نہیں جرے ویلے او لوگ مین جرے ویلے بینک مین تے بینک والے ادن خزانہ خالی ہے جرے ویلے او تو تے ڈھنگ کے کی تھی مین تو کی کر سکدے او یا فریاد ہی کر سکدے ہیں بھائی یار سارے نال کچھ کرو سارے نال تھی وہ صبر برباد تھا میں اچھا ہن بھی این ٹائم مطلب اسا ہن الحمدللہ کمرے بنا دے ودے ہیں سارا کام شروع ہے ببر شاعری چ یا بیو شارٹ ٹھیکن تھی گیا بوڑ ٹھیک گیا اسمار بھائی ਅਸਮਾਰ ਹੁਸੈਨ ਇਹ ਰਕ ਇੱਕ ਫੋਟੋਗ੍ਰਾਫਰ ਹੈ ਉਹਨੇ ਬਹੁਤ ਸਾਰਾ ਸੈਲਾਬ زدਨਾ ਹਕੂਮਤ ਕੋਲ ਵੀ ਜ਼ਿਆਦਾ ਕੰਮ ਕੀਤਾ ਹੈ ਉਹਦੀ ਟੀਮ ਹੈ ਸੌ ਨਾਲ ਉਹਦੇ ਮਤਲਬ ਹੈ ਉਹ ਉਹਨਾਂ ਲੋਗਾਂ ਦਾ ਹਿੱਸਾ ਹੈ ਕੋਈ ਵੀ ਕਿਥਾਈ ਵੀ ਕੰਮ ਕਰਦਾ ਪੈ ਤਾਂ ਉਹ ਸਾਰੀ ਟੀਮ ਦਾ ਹਿੱਸਾ ਹੈ ਮਤਲਬ ਬਬਰ ਪੱਕਾ ਦੇ ਵਿੱਚ ਇੱਕ ਅਨਵਾਰ ਸਾਹਿਬ ਸੈਦ ਅਨਵਾਰ ਸਾਹਿਬ ਫੀ ਸਬੀਲ ਲਲਾ ਉਹਨਾਂ ਦਾ ਉਹ ਹੈ ਫੀ ਸਬੀਲ ਲਲਾ ਮਤਲਬ ਜੋ ਬਣਦੇ ਪੈਨ ਅੱਛਾ ਇਥੇ ਜੀਐਨਜੀਓਜ਼ ਦੇ ਰਹੇ ਹਨ ਉਹਨਾਂ ਕ ਕੀਤਾ ਉਹਨਾਂ ਇਵੇਂ ਕੰਮ ਕੀਤਾ ਕਿ ਉਹਨਾਂ ਸ਼ਾਇਦ ਮੈਨੂੰ ਲੱਗਦਾ ਕਿ ਉਹਨਾਂ ਦੇ ਪਿੱਛੇ ਕੋਈ ਲਗਾ ਵਦਾ ਪਈ ਤੁਸੀਂ ਜਲਦੀ ਜਲਦੀ ਬੜਾਓ ਤੇ ਇਥੇ ਖਾਣਾ ਪੂਰੀ ਕਰੋ ਤੇ ਬਣੋ ਇਥੇ ਜਿੰਨੇ ਵੀ ਐਨਜੀਓਜ਼ ਹਨ ਤੁਸੀਂ ਸਮਝ ਕਿ ਉਹਨਾਂ ਦੇ ਕੰਮ ਚੈੱਕ ਕਰੋ ਯਾਰ ਹਕੂਮਤ ਪਤਾ ਨਹੀਂ ਕਿੰਤੇ ਮਰ ਗਈ ਹੈ ਕਮਜ਼ ਕਮ ਅੱਛਾ ਚਲੋ ਤੁਸੀਂ ਨਿਵੇ ਕਰ ਸਕਦੇ ਕਮ ਅਸ ਕਮ ਉਹ ਦੇਖੋ ਤਾਂ ਸਹੀ ਆਣ ਕੇ ਜਿਹੜਾ ਕੰਮ ਕਰ ਗਏ ਜਿੰਨੇ ਵੀ ਇਥੋਂ ਹੁਣੀ ਬੱਬਰ ਸ਼ਹਿਰ ਵਿੱਚ ਮੈਂ ਰਹਿੰਦਾ ਪਿਆ ਬੱਬਰ ਸ਼ਹਿਰ ਵਿੱਚ ਕਈ ਐਨ ਜੀਓਜ਼ ਹਨ ਜਿਹੜੇ ਬਿਲਕੁਲ ਫੇਕ ਇਨਾਨ ਕੇ ਖਾਣਾ ਪੂਰੀ ਕਰਕੇ ਲੱਗੇ ਵੈਂਦ ਰਹਿੰਦੇ ਇਹਨਾਂ ਲੋਕਾਂ ਨੂੰ ਉਹਨਾਂ ਇਹ ਆਖਿਆ ਕਿ ਬੇਸਤਵਾ ਕੋ ਫਸਲਾਂ ਵਾਸਤੇ ਜਾਂ ਮਤਲਬ ਸਬਜ਼ੀ ਵਾਸਤੇ ਪੈਸੇ ਦੇਣੇ ਜਾਂ ਬੱਕਰੀਆਂ ਵਾਸਤੇ ਪੈਸੇ ਦੇਣੇ ਉਹ ਖਾਣਾ ਪੂਰੀ ਉਹਨਾਂ ਦੀ ਮੈਂ ਕਿ ਉਹ ਆਂਦਨ ਕਹਿੰਦੀ ਸਬਜ਼ੀ ਚਾਣ ਕੇ ਵੜ ਵੈਂਦ ਇਥੋਂ ਦੇ ਜਿਹੜੇ ਸਬਜ਼ੀਆਂ ਵਾਲਿਆਂ ਨੂੰ ਪਿਟੇਂਦੇ ਵਧਿਆਨ ਸ਼ੋਦੇ ਕਿ ਬਈ ਯਾਰ ਉਹ ਐਨ ਐਨ ਜੀਓਜ਼ ਵਾਲੇ ਉਨਾਣ ਕਹਤੇ ਉਹ ਕਹਿੰਦੀ ਸਬਜ਼ੀ ਚ ਵੜਗਾਂ ਨੂੰ ਉਥੋਂ ਬਹੁਤ ਸਾਰੇ ਕਦੂ ਵੀ ਅਜੇ ਅਸੇ ਸੀਜ਼ਨ ਹੈ ਉਹ ਪਾਟ ਕੇ ਉਹਨਾਂ ਮਤਲਬ ਪੰਡੜੀਆਂ ਬਧਨ ਉਥਾਂ ਵਾਂ ਕੇ ਸਿਰ ਦਿਖਾਉਣ ਵਾਸਤੇ ਯਾਰ ਇਵੇਂ ਕੰਮ ਹੁੰਦਾ ਇੱਕ ਕਹਿੰਦਾ ਗਿੱਲਾ ਨਹੀਂ ਦਿਲ ਰੁਖਦਾ ਬੰਦੇ ਦਾ ਠੇਕੇਦਾਰ ਜਿਹੜਾ ਇਹਨੂੰ ਲੱਖ ਲੱਖ ਰੁਪਿਆ ਮਜ਼ਦੂਰਾਂ ਦਾ ਨਾਲ ਕੋਟ ਕੀਤੀ ਪੈਨ ਲੇਕਿਨ ਹੁਣ ਜਿਹੜਾ ਇੱਕ ਕਮਰੇ ਦਾ ਖਰਚਾ ਹੈ ਉਹ ਜ਼ਿਆਦੇ ਕੁਲ ਜ਼ਿਆਦਾ ਜ਼ਿਆਦੇ ਕੁਲ ਜ਼ਿਆਦਾ ਢਾਈ ਲੱਖ ਰੁਪਿਆ ਦਾ ਹੈ ਜ਼ਿਆਦੇ ਚੰਗਾ ਕੁਲ ਚੰਗਾ ਸਰੀਆ ਵਾਲਾ ਕਮਰਾ ਜਿਹਨੂੰ ਮਤਲਬ ਬਹੁਤ ਮਜ਼ਬੂਤ ਹੋਵੇ ਉਹਦਾ ਮਤਲਬ ਢਾਈ ਲੱਖ ਰੁਪਿਆ ਕੁਲ ਤੱਲੇ ਖਰਚਾ ਹੈ ਇਹ 5-5 ਲੱਖ ਰੁਪਏ ਦਾ ਹੀ ਕਮਰੇ ਦਾ ਘੇਨ ਕੇ ਤੇ ਵਲਾਜ ਰਹਿਣਾ ਹੈ ਗੈਬੀ ਵਿੱਚ ਥੀ ਵੈਨ ਨੇ ਹੁਣ ਤੂੰ ਸਾ ਦੇਖੋ ਇਨਾ ਇੱਕ ਬਾਦੇ ਉਤੇ ਬੋਰੀਆਂ ਰੱਖ ਕੇ ਉਤਲੇਪਾ ਕਰਕੇ ਤੇ ਕਮਰਾ ਤਿਆਰ ਉਤੇ ਛੱਤ ਪਾ ਦਿੱਤੀ ਹੈ ਯਾਰ ਤੁਸੀਂ ਉਹਨਾਂ ਲੋਕਾਂ ਦੇ ਮਜ਼ਾਕ ਤਨ ਉਡਾਓ ਉਹਨਾਂ ਦੇ ਪਹਿਲੇ ਕੁਲ ਬਰਬਾਦ ਥੈ ਪੈਨ ਉਹਨਾਂ ਕੋ ਮਜ਼ੀਦ ਮਤਲਬ ਚਲੋ ਤੁਸੀਂ ਨਿਵੇ ਕਾ ਜਿੰਨਾ ਕਰ ਸਕਦੇ ਲੋਕਾਂ ਕੋਲ ਘਰ ਕਮਰੇ ਢਵਾ ਕੇ ਗਾਇਬ ਥੀ ਇਹ ਦੇਖੋ ਨਾ ਹੁਣ ਮਤਲਬ ਇਹ ਇੱਕ ਤੱਕ ਕਰ ਬੇ ਹੈ ਉਹਨਾਂ ਦਾ ਉਹਨਾਂ ਉਹਨਾਂ ਦੇ ਘਰ ਢਾਹ ਗਏ ਦੂਜਾ ਕਰਬੇ ਕਿ ਉਹ ਹੀਲੇ ਕੇ ਤਾਂਗ ਕੇ ਇੰਤਜ਼ਾਰ ਦੇ ਵਿੱਚ ਖੜੋ ਤੈਨ ਬਈ ਯਾਰ ਹੁਣ ਕੋਈ ਕਿਨੋ ਮਸੀਹਾ ਆਂਦਾ ਪਿਆ ਜਿਹੜਾ ਆਣ ਕੇ ਸਾਡੀ ਮਦਦ ਕਰੇ ਸੀ ਤੀਜਾ ਦੁਖ ਇਹ ਹੈ ਕਿ ਜਿੰਨ ਦੇ ਜਿੰਨ ਦੇ ਜਾਂਦੇ ਜਾਂਦੇ ਕਿ ਆ ਕਹ ਦੇ ਬੜਾ ਵੀ ਹਨ ਤਾਂ ਉਹਨਾਂ ਮਤਲਬ ਇਹ ਮੈਂ ਬਣਾ ਕੇ ਕੱਖਾਂ ਦੀ ਜਿਵੇਂ جھੋਂਪੜੀ ਕੱਖਾਂ ਲੈ ਜਾਣ ਚੰਗੇ ਹੁੰਦੇ ਠੀਕ ਹੈ ਸੇ ਇਹਨਾਂ ਤਾਂ ਕੱਖਾਂ ਕੋਲ ਹੀ ਨਬੀਤਰ ਬਣਾ ਅਸਾਂ ਫੇ ਸਬੀਲ ਲਲਾ ਅਨਵਾਰ ਸਾਹਿਬ ਦੇ ਥਰੂ ਉਹਦੇ ਦੋਸਤਾਂ ਦੇ ਥਰੂ ਉਹਨਾਂ ਮਤਲਬ ਹੈ ਉਹਨਾਂ ਥਰੂ ਅਸਾਂ ਇਤ ਬਬਰ ਦੇ ਵਿੱਚ ਵੀ ਕਮਰੇ ਬਣਾਣ ਜਾਂ ਦੇ ਤਲੇ ਮਤਲਬ ਇਸ ਮੁਕੰਮਲ ਸਰੀਆ ਲੈ ਜਾਂ ਮਟੀਰੀਅਲ ਜ਼ਬਰਦਸਤ ਕਿਸਮ ਦਾ ਜਾਂ ਦੇ ਵਿੱਚ ਸਭ ਪੂਰੀ ਕੋਸ਼ਿਸ਼ ਕੀਤੀ ਹੈ ਕਿ ਅਗਰ 100 ਸਾਲ ਤੱਕ ਕੀ ਉਹ ਬੰਦਾ ਉਥੇ ਹੀ ਰਾਵੇ ਜਾਂ ਸਿਲਾ ਸਿਲਾਬ ਆ ਵਣੇ ਜਾਂ ਪਾਣੀ ਆਂਦਾ ਰਾਵੇ ਤਾਂ ਕਮਰਾ ਕਿ ਨਹੀਂ ਨਾ ਵਣੇ ਅੱਛਾ ਈ ਮੈਲੀ ਕਰ ਅਸਾ ਇਥਾਂ ਬੋਰ ਲਵਾਂ ਪਾਣੀ ਵਾਲੇ ਮਿੱਠੇ ਪਾਣੀ ਵਾਲੇ ਕੋਸ਼ਿਸ਼ ਕੀਤੀ ਸੀ ਕਿ ਮਿੱਠਾ ਪਾਣੀ ਨਿਕਲ ਆਵੇ ਔਰ ਅਲਹਮਦੁਲਿਲਾ ਕਿ ਸਾਡੀ ਇਹ ਕੋਸ਼ਿਸ਼ ਕਿ ਹੱਦ ਤੱਕ ਕਾਮਯਾਬ ਵੀ ਹੈ ਕਿਥਾਈ ਨਾ ਕਿਥਾਈ

ਜਾਂ ਇਹ ਜਿਹੜੇ ਤਰੇ ਚਾਰ ਤਹਿਸੀਲਾਂ ਹਨ ਸਾਰੇ ਵਸੇਬ ਦੇ ਸਾਰੇ ਡੇਰੇ ਦੇ ਆ ਢੇ ਖਾਨ ਦੇ ਜਿਹੜੇ ਤਰੇ ਚਾਰ ਤਹਿਸੀਲਾਂ ਹਨ ਤਾਂ ਅਸਾਂ ਇਹਨਾਂ ਕੋਲ ਅੱਛਾ ਤੁਸੀਂ ਇਹ ਦੇਖੋ ਨਾ ਇਹਨਾਂ ਸਾਰਿਆਂ ਦੇ ਵਿੱਚ ਅਸਾਂ ਮਤਲਬ ਰਾਸ਼ਨ ਪਹੁੰਚਾਇਆ ਜੇਸ਼ੇ ਤੰਬੂ ਪਹੁੰਚਾਇਆ ਜੇਸ਼ੇ ਜੇਸ਼ੇ ਦੀ ਜ਼ਰੂਰਤ ਹੈ ਅਸਾਂ ਉਥਾਂ ਵਾਂਗ ਕੇ ਦਿੱਤੀ ਤੇ ਹੁਣ ਵੀ ਅਸਾਂ ਹੀ ਕੋਸ਼ ਅਸਾਂ ਕਿਉਂਕਿ ਸੋਸ਼ਲ ਮੀਡੀਆ ਜਾਂ ਇਹਨਾਂ ਸ਼ੀਆਂ ਤੇ ਦੇਵਣ ਤੇ ਥੋੜਾ ਕਿਉਂਕਿ ਪਰਲੇ ਦੀ ਯਾਰ ਜਾਨਾ ਤੂੰ ਫੋਟੋ ਲੈਣਾ ਪੈਂ ਉਹ ਆਪਣੇ ਵਸੇ ਵਿਚਰਾਵਣਾ ਉਹ ਆਪਣੇ ਲੋਗਾਂ ਕੋਲ ਆ ਜਾ ਰਹਿਣਾ ਉਹ ਮਿਲਣਾ ਹੈ ਉਹਦੇ ਵਲਾ ਮਤਲਬ اولاد ਨੇ ਵੱਡਾ ਥੀਣੇ ਵਾਲਾ ਕੱਲ ਵਾਸਤੇ ਉਹਦੇ ਵਾਸਤੇ ਤਾਨਾ ਨਾ ਪੜੇ ਇਹ ਵਾਸਤੇ ਸ ਕੋਸ਼ਿਸ਼ ਹੈ ਕੀਤੀ ਹੈ ਕਿ ਅਸਾਂ ਸੋਸ਼ਲ ਮੀਡੀਆ ਤੇ ਐਸ਼ੀਆਂ ਹਾਈਲਾਈਟ ਨਾ ਕਰੋਂ ਜਿੱਥੇ ਜ਼ਰੂਰਤ ਪਈ ਹੈ ਕਿਥੇ ਕਿਥੇ ਤਾਂ ਉਥਾ ਵਾ ਦਸਾਇਆ ਵੀ ਹਿਸੇ ਇੰਦੇ ਐਸਾਈ ਮੈਂ ਕੀਤਾ ਕਿ ਜਿਹੜੇ ਬੇਵਾ ਹਨ ਔਰ ਉਹਨਾਂ ਦੇ ਘਰ ਢਹਿ ਗਏ ਹਨ ਮਤਲਬ ਉਹ ਜਿਨ੍ਹਾਂ ਦਾ ਕਰਨ ਵਾਲਾ ਕੋਈ ਕੋ ਨਹੀਂ ਛੋਟੇ ਛੋਟੇ ਬੱਚੇ ਹਨ ਉਨਾ ਲੋਗਾਂ ਵਾਸਤੇ ਅਸਾਂ ਕੋਸ਼ਿਸ਼ ਕਰ ਰਹੇ ਨੇ ਪਹਿਲਾ ਸਪੈਲ ਜਿਹੜਾ ਸਾਲ ਹੈ ਪਹਿਲਾ ਉਹ ਹੈ ਜਿਹੜਾ ਤਾਂ ਉਹ ਇਹ ਹੈ ਕਿ ਅਸਾਂ ਬੇਵਾ ਜਿਤਨੇ ਵੀ ਹਿੰ ਤਾਂ ਉਹਨਾਂ ਕੋਈ ਔਰ ਬੇਵਾ ਉਹ ਬੇਵਾ ਜਾਂਦੇ ਛੋਟੇ ਛੋਟੇ ਬੱਚੇ ਆ ਵੀ ਕੋਈ ਆਸਰਾ ਕੋ ਨਹੀਂ ਉਹਨਾਂ ਕੋ ਅਸਾਂ ਮਤਲਬ ਉਹ ਕਰੂੰ ਉਹਨਾਂ ਘਰ ਬਣਾ ਦੇ ਹੁਣ ਅਸਾਂ ਤਕਰੀਬਨ 20 ਕਮਰੇ ਹੀ ਥ ਬਣਾਂ ਬਬਰ ਐਫ ਐਸ ਐਲ ਯਾਨੀ ਫੀ ਸਬੀਲillah ਦੇ ਇਨ ਅਨਵਾਰ ਸਾਹਿਬ ਦੇ ਥਰੂ ਤੇ ਇਵੇਂ ਵਾਲੀ ਕਾਰ ਅਸਾਂ ਬੁਢੀ ਕੰਮ ਕੀਤਾ ਅਸਾਂ ਆ टीकें काम किता है इमें मुख्तलिफ इलाक जितने जितने सब सारी जितनी फ्रेंड है जितने सोस्त ने मतलब किता कि भैया यार तू ये कमरा बढ़ा येसा आने पैन असू कमरा बढ़ा लीता हैं इवें अली करें करें वह सारे कमरे अलहमदुल्लह अस बढ़ा चोने अस पूरे शहर में सर्वे करें पूरे शहर देखें दे दे हैं भाई यार सब को ज्यादा मुस्तिक है ओके बाद फिलहाल जो अस कम करें जे सब को ज्यादा मुस्तिक न ਯਾਨੀ ਕਿ ਜਿਨ੍ਹਾਂ ਦਾ ਆਖਰੀ ਉਹ ਹੈ ਕਿ ਉਹਦੇ ਬਗੈਰ ਉਹਦਾ ਕੋਈ ਵੀ ਸਹਾਰਾ ਹੀ ਕੋਈ ਨਹੀਂ ਬਲਾ ਉਹ ਕਮਰਾ ਉਹਦੇ ਬਾਅਦ ਦੇਖ ਸੋ ਬਈ ਯਾਰ ਅਗਰ ਸਾਰੇ ਕੋਲ ਉਹ ਹੋ ਸੀ ਤਾਂ ਬਲਾ ਜਿਹੜੇ ਜਿਹੜੇ ਮਜ਼ਦੂਰ ਹਨ ਜਿਹੜੇ ਰਕਸ਼ਾ ਚਲਾਉਣ ਵਾਲੇ ਹਨ ਜਿਹੜੇ ਤਾਜ਼ੀ ਦਿਹਾੜੀ ਵਾਲੇ ਹਨ ਉਹਨਾਂ ਦੇ ਘਰ ਡੱਠੇ ਪੈਣ ਤਾਂ ਉਹਨਾਂ ਦੀ ਬਲਾ ਕੋਸ਼ਿਸ਼ ਕਰੇ ਸੋ ਕਿਹਾ ਸੋ ਉਹਨਾਂ ਨਾਲ ਲਿਥਿਓ ਤੇ ਇਵੇਂ ਵਾਲੀ ਕਾਰ ਥੋੜਾ ਥੋੜਾ ਕਰਕੇ ਪਾਣੀ ਤੇ ਅੱਛਾ मतलब है क्योंकि था पानी दा बों वडा इशू है दमान वाले इलाके च पानी दा बों वडा ओ है बहराण है उणी शहर दे विच भी पानी जितार रो, रोड दे उते ही था पानी कोनी इंदे कोल अलावा बा भी मतलब जितने भी सारे वसेब दे दुख इन इंशाल्लाह सा थोड़े थोड़े कर के कोशिश करे सो के सारा दे पूरे करू फिलहाल कमरे हन त कमरे पहले बेवा देन इंदे बाद मजदूर दे होसन इवें मतलब फेस टू फेस जी में सारे नाल जेरे दोस्त हन ओ चलदे रहे चलद रहिवासीनि उहे ई असां लोगनि जी ख़िदमत करणी आहे इनशा सारी कोशिशि इहा सा की असां पूरे वसेब कु शाद बात करूं सारा अरमान आहे की असां कुझु कर न करे सघे